ਇਹ ਜੈਕ ਰਾਈਫਲਸ ਦੇ ਵਿੱਚ ਸੀਗੇ ਲਾਂਸ ਨੈਕ ਜਸਵੀਰ ਸਿੰਘ ਅਤੇ 10 ਤਰੀਕ ਨੂੰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਹ ਰੱਖਿਆ ਕਰ ਰਹੇ ਸੀਗੇ ਸੈਂਟਰੀ ਦੀ ਅਤੇ ਇਹਨਾਂ ਨੂੰ ਪਾਰੋਂ ਸਿੱਧੀ ਗੋਲੀ ਇਹਨਾਂ ਦੀ ਹਿੱਕ ਦੇ ਵਿੱਚ ਵੱਜੀ ਹੈ ਅਤੇ ਸਾਨੂੰ ਬੜਾ ਅਫਸੋਸ ਹੈ ਕਿ ਕਸ਼ਮੀਰ ਦੇ ਮਾਮਲੇ ਦੇ ਵਿੱਚ ਸਾਡੇ ਲੋਕਾਂ ਦੇ ਪੁੱਤ ਇਸ ਤਰ੍ਹਾਂ ਸ਼ਹੀਦ ਹੋ ਰਹੇ ਹੈ। ਪਹਿਲਾਂ 5 ਸਿੱਖ ਰੈਜੀਮੈਂਟ ਦੇ ਉਹਨਾਂ ਦੇ ਯੂਨਿਟ ਕਮਾਂਡਰ ਨੇ, ਉਹਨਾਂ ਦੇ ਬ੍ਰਿਗੇਡ ਕਮਾਂਡਰ ਨੇ, ਉਹਨਾਂ ਦੇ ਕੋਰ ਕਮਾਂਡਰ ਨੇ, ਇਕੱਲੇ ਟਰੱਕ ਦੇ ਵਿੱਚ ਉਹ 5 ਸਿੱਖ ਰੈਜੀਮੈਂਟ ਦੇ ਜਵਾਨ ਇਹੋ ਜਿਹੀ ਸੜਕ ਦੇ ਉੱਤੇ ਭੇਜੇ ਜਿੱਥੇ ਪਹਿਲਾਂ ਵੀ ਜਿਹੜੇ ਖਾੜਕੂ ਹੈ ਉਹ ਐਂਬੁਸ਼ ਲਾਉਂਦੇ ਸੀਗੇ ਅਤੇ ਉੱਥੇ ਉਹ ਮਾਰੇ ਗਏ, ਸ਼ਹੀਦ ਹੋ ਗਏ। ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਯੂਨਿਟ ਕਮਾਂਡਰ ਸੀ ਬ੍ਰਿਗੇਡ ਅਤੇ ਕੋਰ ਕਮਾਂਡਰ ਸੀ ਉਹਨਾਂ ਨੇ ਉਹ ਰੂਟ ਨੂੰ ਪਹਿਲਾਂ ਦੇਖਿਆ ਕਿਉਂ ਨਹੀਂ, ਉਹਦੀ ਸਰਵੇ ਨਹੀਂ ਕੀਤੀ, ਨਾ ਕੋਈ ਐਂਬੁਸ਼ ਲਾਈ ਅਤੇ ਇਕੱਲੇ ਟਰੱਕ ਦੇ ਵਿੱਚ ਇਹ ਸਿੱਖ ਰੈਜੀਮੈਂਟ ਦੇ ਜਵਾਨ ਭੇਜ ਦਿੱਤੇ। ਹੁਣ ਵੀ ਜਿਹੜਾ ਵਾਕਿਆ ਹੋਇਆ ਇਹ ਵੀ ਬਾਰਡਰ ਦੇ ਉੱਤੇ ਹੋਇਆ, ਲਾਂਸ ਨਾਇਕ ਸਾਹਿਬ ਸੈਂਟਰ ਡਿਊਟੀ 'ਤੇ ਖੜ੍ਹੇ ਸੀਗੇ ਅਤੇ ਇਹਨਾਂ ਦੀ ਛਾਤੀ ਦੇ ਵਿੱਚ ਹਿੱਕ ਦੇ ਵਿੱਚ ਗੋਲੀ ਲੱਗੀ ਹੈ। ਪਰ ਅਜੇ ਤੱਕ ਸੈਂਟਰ ਦੀ ਸਰਕਾਰ ਵੱਲੋਂ ਕੋਈ ਕਿਸੇ ਕਿਸਮ ਦਾ ਬਿਆਨ ਨਹੀਂ ਆਇਆ ਕਿ ਸਾਡੇ ਬੰਦੇ ਕਸ਼ਮੀਰ ਦੇ ਵਿੱਚ, ਲੱਦਾਖ ਦੇ ਵਿੱਚ, ਹੋਰ ਪਾਸਿਆਂ ਦੇ ਵਿੱਚ ਲੱਗੇ ਹੋਏ ਹੈ ਅਤੇ ਉੱਥੇ ਇਹਨਾਂ ਦੀ ਪੂਰੀ ਰੱਖਿਆ ਨਹੀਂ ਹੋ ਰਹੀ ਔਰ ਨਾ ਹੀ ਕੋਈ ਫੌਜ ਦਾ ਸੈਂਟਰਲ ਗਵਰਨਮੈਂਟ ਵੱਲੋਂ ਕੋਈ ਕੰਪਨਸੇਸ਼ਨ ਆਈ ਹੈ। ਜਦੋਂ ਕਾਰਗਿਲ ਦੀ ਲੜਾਈ ਹੋਈ ਸੀਗੀ ਜਿਹੜੇ ਉਦੋਂ ਸ਼ਹੀਦ ਹੋ ਗਏ ਸੀ ਉਹਨਾਂ ਦੇ ਮਾਪਿਆਂ ਨੂੰ ਇੱਕ ਪੈਟਰੋਲ ਪੰਪ ਜਾਂ ਇੱਕ ਗੈਸ ਦਾ ਡਿਪੂ ਮਿਲਿਆ ਸੀ। ਇੱਥੇ ਵਜੀਦ ਜਿੱਥੇ ਮੈਂ ਆਇਆ ਅਜੇ ਤੱਕ ਕੋਈ ਸੈਂਟਰ ਦੀ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਐਲਾਨ ਨਹੀਂ ਹੋਇਆ ਕਿ ਇਸ ਪਰਿਵਾਰ ਦਾ ਆਪਾਂ ਨੇ ਘਾਟਾ ਪੂਰਾ ਕਿਵੇਂ ਕਰਨਾ। ਬਤੌਰ ਮੈਂਬਰ ਪਾਰਲੀਮੈਂਟ ਮੈਂ ਜਿੱਥੇ ਬੱਸ ਸਟੈਂਡ ਹੈ ਇਹਨਾਂ ਦੇ ਨਾਂ ਦੇ ਵਿੱਚ ਇੱਕ ਸ਼ੈੱਡ ਬਣਵਾ ਦੂੰਗਾ ਔਰ ਉਹ ਮੇਰੇ ਦਸਤਖਤ ਕਰਾ ਲਓ ਕਿ ਇਹਨਾਂ ਦੇ ਨਾਂ ਜਸਵੀਰ ਸਿੰਘ ਦੇ ਇਹ ਸ਼ੈੱਡ ਬਣ ਜੇ, ਜਿੱਥੇ ਪਾਸੇ ਨੇੜੇ ਤੇੜੇ ਦੇ ਪਿੰਡ ਵੀ ਆ ਕੇ ਉੱਥੇ ਬੈਠਣ, ਬੱਸਾਂ 'ਤੇ ਚੜ੍ਹਨ, ਕਿਉਂ ਕਰਕੇ ਬੱਸ ਇੱਥੇ ਕੋਈ ਖੜ੍ਹਦੀ ਨਹੀਂ ਹੈ ਜਦਕਿ ਇਹ ਇਲਾਕੇ ਦਾ ਬਹੁਤ ਵੱਡਾ ਪਿੰਡ ਹੈ। ਅਤੇ ਉਹਨਾਂ ਦੇ ਮਾਤਾ ਮੇਰੇ ਕੋਲ ਬੈਠੇ ਆ ਕੁਰਸੀ 'ਤੇ, ਉਹਨਾਂ ਦੀ ਭੈਣ ਹੈ ਮੇਰੇ ਨਾਲ ਅਤੇ ਸਾਰਾ ਪਰਿਵਾਰ ਹੈ, ਉਹਨਾਂ ਦੇ ਦਾਦਾ ਜੀ ਵੀ ਹੈ, ਬਹੁਤ ਬਿਰਧ ਹੈ, ਪਰ ਅਜੇ ਤੱਕ ਇਹਨਾਂ ਦਾ ਨਾਂ ਕਿਤੇ ਆਇਆ ਨਹੀਂ ਹੈ, ਜਿਹੜਾ ਬਹੁਤ ਅਫਸੋਸ ਦੀ ਗੱਲ ਹੈ। ਅਤੇ ਰੱਖਿਆ ਵਜ਼ੀਰ ਰਾਜਨਾਥ ਸਿੰਘ ਨੂੰ ਮੈਂ ਚਿੱਠੀ ਲਿਖੂੰਗਾ ਕਿ ਇਹੋ ਜਿਹੀ ਜਿਹੜੀ ਦੁਰਘਟਨਾ ਹੁੰਦੀ ਹੈ ਬਾਰਡਰ ਦੇ ਉੱਤੇ ਉਹਦੇ ਵਿੱਚ ਤੁਸੀਂ ਫਟਾਫਟ ਐਕਸ਼ਨ ਕਿਉਂ ਨਹੀਂ ਲੈਂਦੇ। ਇਹਦੇ ਨਾਲ
ਫੌਜ ਦੇ ਮਨੋਬਲ ਦੇ ਉੱਤੇ ਫਰਕ ਪੈਂਦਾ ਅਤੇ ਜੇ ਤੁਸੀਂ ਫੌਜ ਦੇ ਨਾਲ ਰਾਜ ਕਰਨਾ ਫਿਰ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਫੌਜੀ ਸਟੇਟ ਕਿਵੇਂ ਚੱਲਦੀ ਹੈ ਅਤੇ ਤੁਹਾਡਾ ਪਿਛੋਕੜ ਕਿਹੋ ਜਿਹਾ ਇਹ ਸਾਰਾ ਕੁਛ ਪਤਾ ਹੋਣਾ ਚਾਹੀਦਾ। ਸੋ ਮੈਂ ਆਸ ਕਰਦਾ ਕਿ ਰਾਜਨਾਥ ਸਿੰਘ ਜੀ ਇਸ ਪਰਿਵਾਰ ਦੇ ਲਈ ਪੂਰਾ ਪ੍ਰਬੰਧ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।